ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਕੌਰ ਗੌਰਮੈਂਟ ਅਨਾਰਸ਼ ਪ੍ਰਾਇਮਰੀ ਸਕੂਲ ਪਟੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਤਾਂ ਬੇਟਾ ਅੱਜ ਅਸੀਂ ਤੁਹਾਡੀ 5ਵੀਂ ਕਲਾਸ ਦੀ ਜਿਹੜੀ ਮੈਥ ਦੀ ਬੁੱਕ ਹੈ ਉਹਦੇ ਵਿੱਚੋਂ ਚੈਪਟਰ ਨੰਬਰ 6 ਹੈ ਜਿਹੜਾ ਮਾਪ ਇੰਗਲਿਸ਼ ਵਿੱਚ ਇਸ ਨੂੰ ਮੈਜ਼ਰਮੈਂਟ ਬੋਲਦੇ ਐ ਇਹ ਵਾਲਾ ਚੈਪਟਰ ਹੈ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਇਸ ਚੈਪਟਰ ਦੇ ਵਿੱਚੋਂ ਐਕਸਰਸਾਈਜ਼ ਨੰਬਰ 6 ਪੁਆਇੰਟ ਵਨ ਜਿਹੜੀ ਅਸੀਂ ਉਹ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਐਕਸਰਸਾਈਜ਼ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਟੇਬਲ ਜਿਹੜਾ ਹੈਗਾ ਇਹ ਯਾਦ ਕਰਨਾ ਪਵੇਗਾ ਵੀ ਸਭ ਤੋਂ ਛੋਟੀ ਜਿਹੜੀ ਹੈ ਜਦੋਂ ਕੋਈ ਲੰਬਾਈ ਨਾਪਦੇ ਆ ਕਿਸੇ ਚੀਜ਼ ਦੀ ਤਾਂ ਸਭ ਤੋਂ ਛੋਟੀ ਜਿਹੜੀ ਯੂਨਿਟ ਹੁੰਦੀ ਹੈ ਉਹ ਹੁੰਦੀ ਹੈ ਮਿਲੀਮੀਟਰ ਠੀਕ ਹੈ ਤੇ ਮਿਲੀਮੀਟਰ ਹੁੰਦਾ ਕਿੱਡਾ ਕ ਹੈ ਦੇਖੋ ਜਿਹੜਾ ਹਾ ਸਕੇਲ ਹੈ ਸਕੇਲ ਦੇ ਵਿੱਚ 0 ਤੋਂ ਲੈ ਕੇ 1 ਤੱਕਰ 3 ਮਿਲੀਮੀਟਰ ਹੁੰਦੇ ਆ 10 ਮਿਲੀਮੀਟਰ ਹੁੰਦੇ ਆ 0 ਤੋਂ ਲੈ ਕੇ 1 ਤਿੱਕਰ 1 ਸੈਂਟੀਮੀਟਰ ਹੈ 1 ਸੈਂਟੀਮੀਟਰ ਦੇ ਵਿੱਚ 10 ਮਿਲੀਮੀਟਰ ਹੁੰਦੇ ਆ ਤਾਂ ਜਿਹੜੀਆਂ ਇਹ ਲਾਈਨਾਂ ਜੀ ਹੁੰਦੀਆਂ ਆ ਦੇਖੋ ਆਪਾਂ ਇੱਥੋਂ ਦੇਖਦੇ ਆ ਜਿਵੇਂ 3 ਤੋਂ ਲੈ ਕੇ 4 ਤਿੱਕਰ ਜਿਹੜਾ ਆਪਾਂ ਇਹ ਦੇਖਦੇ ਹਾਂ ਵੀ ਇੱਥੋਂ ਲੈ ਕੇ ਇੱਥੋਂ ਤਿੱਕਰ 5 ਲਾਈਨਾਂ ਹੈਗੀਆਂ ਉਸ ਤੋਂ ਬਾਅਦ ਫੇਰ 5 ਲਾਈਨਾਂ ਹੈਗੀਆਂ ਕੁੱਲ ਮਿਲਾ ਕੇ ਇਹ 10 ਲਾਈਨਾਂ ਹੈਗੀਆਂ ਤਾਂ ਜਿਹੜੀ ਇੱਕ ਲਾਈਨ ਆ ਉਹ 1 ਮਿਲੀਮੀਟਰ ਦੇ ਬਰਾਬਰ ਹੁੰਦੀ ਹੈ ਇਸ ਨੂੰ 1 mm ਕਹਾਂਗੇ ਤਾਂ 1 mm ਹੈ ਜਿਹੜਾ ਉਹ ਨਿੱਕਾ ਜਿਹਾ ਹੁੰਦਾ ਬਸ ਆ ਇੱਕ ਲਾਈਨ ਜਿੰਨਾ ਹੀ ਤੇ ਕੁੱਲ ਮਿਲਾ ਕੇ ਤਿੰਨ ਤੋਂ ਲੈ ਕੇ ਚਾਰ ਤੱਕ ਰਿਥੇ ਇੱਕ ਸੈਂਟੀਮੀਟਰ ਬਣਿਆ ਇੱਕ ਸੈਂਟੀਮੀਟਰ ਦੇ ਵਿੱਚ 10 mm ਬਣ ਰਹੇ ਆ ਤਾਂ ਅਸੀਂ ਇਸ ਤਰ੍ਹਾਂ ਇਹ ਟੇਬਲ ਯਾਦ ਕਰਾਂਗੇ mm ਹੈ ਜਿਹੜਾ ਉਹ ਸਭ ਤੋਂ ਛੋਟਾ ਹੈ ਠੀਕ ਹੈ ਉਸ ਤੋਂ ਬਾਅਦ ਸੈਂਟੀਮੀਟਰ ਆ ਗਿਆ ਤਾਂ ਸੈਂਟੀਮੀਟਰ ਜਿਹੜਾ ਉਸ ਤੋਂ ਥੋੜਾ ਜਿਹਾ ਵੱਡਾ ਹੈ ਡੈਸੀਮੀਟਰ ਉਸ ਤੋਂ ਵੱਡਾ ਹੈ ਮੀਟਰ ਉਸ ਤੋਂ ਵੱਡਾ ਹੈ ਡੈਕਾਮੀਟਰ ਉਸ ਤੋਂ ਵੱਡਾ ਹੈ ਹੈਕਟੋਮੀਟਰ ਉਸ ਤੋਂ ਵੱਡਾ ਹੈ ਐਂਡ ਕਿਲੋਮੀਟਰ ਉਸ ਤੋਂ ਵੱਡਾ ਹੈ ਤਾਂ ਤੁਸੀਂ ਜਿਹੜਾ ਹੈਗਾ ਮੀਟਰ ਤੋਂ ਸਟਾਰਟ ਕਰਿਆ ਕਰੋਗੇ ਵੀ ਜਿਹੜਾ ਇਹ ਮੀਟਰ ਹੈ ਜੇ ਮੰਨ ਲਓ ਉਹ ਜਿਹੜਾ 1 ਮੀਟਰ ਹੈ 1 ਮੀਟਰ ਦੇ ਵਿੱਚ ਤੁਸੀਂ ਡੈਸੀਮੀਟਰ ਪਤਾ ਕਰਨੇ ਆ ਵੀ ਕਿੰਨੇ ਹੋਣਗੇ ਤਾਂ ਤੁਸੀਂ ਇੱਕ ਤੋਂ ਸ਼ੁਰੂ ਕਰੋਗੇ ਤਾਂ ਇੱਥੋਂ ਤੱਕ ਤੁਹਾਡੇ ਕੋਲ ਜ਼ੀਰੋ ਆ ਗਈ ਤਾਂ ਕੁੱਲ ਮਿਲਾ ਕੇ ਕਿੰਨੇ ਬਣਗੇ 10 ਡੈਸੀਮੀਟਰ ਬਣਗੇ ਠੀਕ ਹੈ 1 ਮੀਟਰ ਦੇ ਵਿੱਚ 10 ਡੈਸੀਮੀਟਰ ਬਣਗੇ ਠੀਕ ਹੈ ਉਸ ਤੋਂ ਬਾਅਦ ਕੀ ਹੈ ਆ ਅੱਗੇ ਆ ਗਿਆ ਸੈਂਟੀਮੀਟਰ ਤਾਂ 1 ਮੀਟਰ ਦੇ ਵਿੱਚ ਸੈਂ ਇੱਥੋਂ ਤੱਕ ਰਜਣਾ ਤੁਸੀਂ ਸੈਂਟੀਮੀਟਰ ਤੱਕ ਰਜਣਾ ਹੈ ਜੇ ਸੈਂਟੀਮੀਟਰ ਪਤਾ ਕਰਨਾ ਹੈ ਵੀ 1 ਮੀਟਰ ਚ ਕਿੰਨੇ ਸੈਂਟੀਮੀਟਰ ਹੁੰਦੇ ਆ ਉਹ ਹੁੰਦੇ ਆ 100 ਸੈਂਟੀਮੀਟਰ ਤਾਂ 1 ਮੀਟਰ ਦੇ ਵਿੱਚ ਮਿਲੀਮੀਟਰ ਕਿੰਨੇ ਹੁੰਦੇ ਆ ਅਸੀਂ ਮਿਲੀਮੀਟਰ ਤੱਕ ਰਜਣਾ ਤਾਂ 1 ਮੀਟਰ ਦੇ ਵਿੱਚ ਮਿਲੀਮੀਟਰ ਹੁੰਦੇ ਆ 1000 ਠੀਕ ਹੈ ਇਸ ਤਰ੍ਹਾਂ ਅਸੀਂ ਜਦੋਂ ਟੇਬਲ ਦੇ ਇਧਰ-ਇਧਰ ਨੂੰ ਤੁਰੇ ਜਾਵਾਂਗੇ ਮੀਟਰ ਤੋਂ ਸਟਾਰਟ ਹੋ ਕੇ ਤੇ ਅੱਧਰ ਅੱਧਰ ਨੂੰ ਸਾਡਾ ਇੱਕ ਇੱਕ ਜ਼ੀਰੋ ਹੋਰ ਵਧਦੀ ਜਾਏਗੀ ਜੇ ਮੰਨ ਲਓ ਆਪਾਂ ਸੈਂਟੀਮੀਟਰ ਦੀ ਗੱਲ ਕਰਦੇ ਆਂ ਵੀ ਸੈਂਟੀਮੀਟਰ ਆ ਜਿਹੜਾ 1 ਸੈਂਟੀਮੀਟਰ ਹੈ ਉਹਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਤਾਂ ਇਹ ਮਿਲੀਮੀਟਰ ਸੈਂਟੀਮੀਟਰ ਤੋਂ ਸਟਾਰਟ ਹੋਣਾ ਠੀਕ ਹੈ ਮਿਲੀਮੀਟਰ ਤੱਕਰ ਜਾਣਾ ਤਾਂ ਕੁੱਲ ਮਿਲਾ ਕੇ ਕਿੰਨੇ ਬਣਗੇ 10 ਬਣਗੇ ਜੇ ਅਸੀਂ ਇਹ ਪਤਾ ਕਰਨਾ ਹੈ ਵੀ 1 ਡੈਸੀਮੀਟਰ ਆ ਜਿਹੜਾ 1 ਡੈਸੀਮੀਟਰ ਹੈ ਉਹਦੇ ਵਿੱਚ ਮਿਲੀਮੀਟਰ ਕਿੰਨੇ ਹੁੰਦੇ ਇਸ ਤੋਂ ਤੱਕਰ ਜਾਣਾ ਤਾਂ ਅਸੀਂ ਕੁੱਲ ਮਿਲਾ ਕੇ ਕਿੰਨੇ ਕਹਾਂਗੇ 100 ਹੁੰਦੇ ਆ 1 ਡੈਸੀਮੀਟਰ ਦੇ ਵਿੱਚ ਮਿਲੀਮੀਟਰ 100 ਹੁੰਦੇ ਹੈ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਟੇਬਲ ਸਾਨੂੰ ਬਹੁਤ ਹੈਲਪ ਕਰੇਗਾ ਪਤਾ ਕਰਨ ਦੇ ਵਿੱਚ ਵੀ ਕਿਹਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਹੈ ਕਿੰਨੇ ਕਿਲੋਮੀਟਰ ਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਹੈ ਕਿੰਨੇ ਕਿਲੋਮੀਟਰ ਚ ਮੀਟਰ ਕਿੰਨੇ ਹੁੰਦੇ ਹੈ ਠੀਕ ਹੈ ਜੇ ਆਪਾਂ ਆਪਾਂ ਨੂੰ ਪਤਾ ਹੈ ਵੀ 1 ਕਿਲੋਮੀਟਰ ਚ 1000 ਮੀਟਰ ਹੁੰਦੇ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਤਾਂ ਆਪਾਂ ਦੇਖੋ ਕਿਲੋਮੀਟਰ ਤੋਂ ਸ਼ੁਰੂ ਕਰਾਂਗੇ ਆਹ ਲੋ ਕਿਲੋਮੀਟਰ ਤੋਂ ਸ਼ੁਰੂ ਕਰਤਾ ਇੱਥੇ ਠੀਕ ਹੈ ਤਾਂ ਆਪਾਂ ਮੀਟਰ ਤੱਕ ਜਾਣਾ ਆ ਸੀਗਾ ਮੀਟਰ ਮੀਟਰ ਤੱਕ ਜਾਣਾ ਤਾਂ ਸਾਡਾ ਕੀ ਬਣ ਗਿਆ 1000 ਇਹਦਾ ਮਤਲਬ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਆ ਠੀਕ ਹੈ ਤਾਂ ਇਸ ਤਰ੍ਹਾਂ ਸਾਨੂੰ ਇਹ ਟੇਬਲ ਆ ਜਿਹੜਾ ਬਹੁਤ ਹੈਲਪ ਕਰੇਗਾ ਇਹ ਟੇਬਲ ਨੂੰ ਬਣਾਉਣ ਦੀ ਖਾਤਰ ਸਾਨੂੰ ਕੀ ਕਰਨਾ ਪਵੇਗਾ ਸਾਨੂੰ ਇਸ ਤਰ੍ਹਾਂ ਲਿਖਣਾ ਪਵੇਗਾ ਜਿਵੇਂ ਕੱਲ ਹੈਪੀ ਡਾਕੀਏ ਨੂੰ ਮਹਿੰਗੀ ਡਰੈਸ ਸਸਤੀ ਮਿਲੀ ਪੰਜਾਬੀ మీడియం ਵਾਲੇ ਇੱਥੇ ਸਸਤੀ ਲਿਖ ਲੈਣਗੇ ਇੰਗਲਿਸ਼ మీడియం ਵਾਲੇ ਇੱਥੇ ਸੀ ਨਾਲ ਕਾਸਟਲੀ ਲਿਖ ਲੈਣਗੇ ਠੀਕ ਹੈ ਕਾਸਟਲੀ ਸਾਰੀ ਤਾਂ ਇਹਨੂੰ ਯਾਦ ਕਰਨ ਦਾ ਇਹੀ ਤਰੀਕਾ ਜਿਵੇਂ ਕਲ ਕੱਕੇ ਤੇ ਪੈਂਦਾ ਤਾਂ ਇੱਥੇ ਕਿਲੋਮੀਟਰ ਬਣ ਗਿਆ ਠੀਕ ਹੈ ਹੈਪੀ ਐਚ ਤੇ ਪੈਂਦਾ ਤਾਂ ਇੱਥੇ ਕੀ ਬਣ ਗਿਆ ਹੈਕਟੋਮੀਟਰ ਡਾ ਕੀ ਇਹ ਡੀ ਤੇ ਪੈਂਦਾ ਹੈ ਤਾਂ ਬਣ ਗਿਆ ਡੈਕਾਮੀਟਰ ਮਹਿੰਗੀ ਐਮ ਤੇ ਪੈਂਦਾ ਹੈ ਤਾਂ ਇਹ ਕੀ ਬਣ ਜੂਗਾ ਮੀਟਰ ਡਰੈਸ ਡੀ ਤੇ ਪੈਂਦਾ ਤਾਂ ਕਰਕੇ ਇੱਥੇ डेसीमीटर ठीक है कॉस्टली है ਜਿਹੜਾ सी ਤੇ ਪੈਂਦਾ ਹੈ ਜਾਂ ਸਸਤੀ ਵੀ ਸੀ ਤੇ ਪੈਂਦਾ ਹੈ ਠੀਕ ਹੈ ਸ ਤੇ ਉਥੇ ਸੈਂਟੀਮੀਟਰ ਆ ਜਾਊਗਾ ਮਿਲੀ ਤੇ ਮਿਲੀਮੀਟਰ ਆ ਜਾਊਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਹ ਟੇਬਲ ਯਾਦ ਕਰ ਲੈਣਾ ਯਾਦ ਕਰਨ ਦਾ ਇਹ ਸੌਖਾ ਤਰੀਕਾ ਹੈ ਤਾਂ ਹੁਣ ਅਸੀਂ ਸਵਾਲ ਸ਼ੁਰੂ ਕਰਦੇ ਹਾਂ ਸਵਾਲਾਂ ਦੇ ਵਿੱਚ ਕੀ ਹੈ ਐਕਸਰਸਾਈਜ਼ ਦੇ ਵਿੱਚ 6.1 ਐਕਸਰਸਾਈਜ਼ ਹੈ ਜਿਹੜੀ ਮੈਂ ਪੰਜਾਬੀ ਮੀਡੀਅਮ ਦੀ ਬੁੱਕ ਤੋਂ ਕਰਵਾ ਰਹੀ ਹਾਂ ਕਿਉਂਕਿ ਇੰਗਲਿਸ਼ ਮੀਡੀਅਮ ਵਾਲੀ ਬੁੱਕ ਦੇ ਵਿੱਚ ਥੋੜਾ ਜਿਹਾ ਪ੍ਰਿੰਟ ਹੈ ਜਿਹੜਾ ਧੁੰਦਲਾ ਜਾ ਹੈਗਾ ਕਲੀਅਰ ਨਹੀਂ ਦਿਖਦਾ ਤਾਂ ਇੱਥੋਂ ਕਰਵਾ ਰਹੀ ਹਾਂ ਦੇਖੋ ਕੀ ਹੈ ਤੁਹਾਨੂੰ ਲੰਬਾਈ ਪਤਾ ਕਰਨ ਨੂੰ ਕਿਹਾ ਹੈ ਵੀ ਜਿਹੜਾ ਹਾ ਸਕੇਲ ਹੈ ਸਕੇਲ ਦੇ ਉੱਤੇ ਆ ਪੈਨਸਲ ਰੱਖੀ ਹੋਈ ਹੈ ਇੱਥੋਂ ਤੱਕ ਲੈ ਕੇ ਇੱਥੋਂ ਤੱਕ ਤੁਸੀਂ ਇਹ ਦੱਸਣਾ ਹੈ ਪੈਨਸਲ ਹੈ ਜਿਹੜੀ ਕਿੰਨੀ ਲੰਬੀ ਹੈ ਤਾਂ ਪੈਨਸਲ ਕਿੰਨੀ ਹੈਗੀ ਇੱਥੋਂ ਤੱਕ 8 ਹੋ ਜਾਣਗੇ ਸੈਂਟੀਮੀਟਰ ਸੈਂਟੀਮੀਟਰ ਤੋਂ ਬਾਅਦ ਜਿੰਨੀਆਂ ਲੈਣਾ ਬਾਅਦ ਵਿੱਚ ਹੈਗੀਆਂ ਇਹ 5 ਲਾਈਨਾਂ ਬਾਅਦ ਵਿੱਚ ਇਹ ਮਿਲੀਮੀਟਰ ਦੀਆਂ ਲੈਣਾ ਇਹਦਾ ਮਤਲਬ 8 ਸੈਂਟੀਮੀਟਰ ਬਣ ਗਿਆ 5 ਮਿਲੀਮੀਟਰ ਬਣ ਗਿਆ ਠੀਕ ਹੈ ਤਾਂ ਇਸ ਨੂੰ ਜਦੋਂ ਅਸੀਂ ਸੈਂਟੀਮੀਟਰਾਂ ਵਿੱਚ ਲਿਖਾਂਗੇ 8.5 ਸੈਂਟੀਮੀਟਰ ਲਿਖ ਦਾਂਗੇ ਠੀਕ ਹੈ ਅੱਗੇ ਦੇਖੋ ਕੀ ਹੈ ਜਿਹੜਾ ਪੈਨ ਹੈ ਪੈਨ ਕੁੱਲ ਕਿੰਨੇ ਸੈਂਟੀਮੀਟਰ ਦਾ ਹੈ 11 ਸੈਂਟੀਮੀਟਰ ਦਾ ਹੈ 11 ਤੱਕ ਪੂਰਾ ਪੂਰਾ ਆ ਗਿਆ 11 ਸੈਂਟੀਮੀਟਰ ਹੈ ਤੇ 0 ਮਿਲੀਮੀਟਰ ਹੈ ਠੀਕ ਹੈ ਤਾਂ ਜਦੋਂ ਤੁਸੀਂ ਲਿਖਣਾ ਹੈ ਲਿਖ ਦੇਣਾ 11 ਸੈਂਟੀਮੀਟਰ ਠੀਕ ਹੈ ਪੁਆਇੰਟ 0 ਲਿਖਣਾ ਲਿਖ ਦਿਓ ਨਹੀਂ ਲਿਖਣਾ ਨਾਂ ਲਿਖੋ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਸਿੱਧਾ ਹੀ 11 ਸੈਂਟੀਮੀਟਰ ਤਾਂ ਉਸ ਤੋਂ ਬਾਅਦ ਆਹ ਚਾਬੀ ਹੈ ਕੀ ਹੈ ਕੀ ਜਿਹੜੀ ਕਿੰਨੀ ਲੰਬੀ ਹੈ ਉਹ ਕਿੰਨੀ ਹੈ 4.2 ਸੈਂਟੀਮੀਟਰ ਹੈ 4 ਤਾਂ ਪੂਰੇ ਸੈਂਟੀਮੀਟਰ ਬਣਗੇ ਤੇ 2 ਮਿਲੀਮੀਟਰ ਬਣਗੇ ਠੀਕ ਹੈ ਉਸ ਤੋਂ ਬਾਅਦ 5.9 ਸੈਂਟੀਮੀਟਰ ਹੈ ਤੁਹਾਡਾ ਇਹ ਚੌਕ ਹੈ ਜਿਹੜਾ ਇੱਥੋਂ ਤਿੱਕਰ 5 ਹੋ ਗਿਆ ਤੇ ਆਹ 6th ਤੋਂ ਇੱਕ ਘੱਟ ਹੈ 9 ਤਿੱਕਰ ਹੈ 5.9 ਸੈਂਟੀਮੀਟਰ ਹੈ 5.9 ਸੈਂਟੀਮੀਟਰ ਹੈ 5 ਸੈਂਟੀਮੀਟਰ ਐਂਡ 9 ਮਿਲੀਮੀਟਰ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਆਹ ਦਿੱਤੀਆਂ ਹੋਈਆਂ ਲਾਈਨਾਂ ਦਿੱਤੀਆਂ ਹੋਈਆਂ ਹਨ ਬਣਾ ਕੇ ਇਹਨਾਂ ਨੂੰ ਤੁਸੀਂ ਸਕੇਲ ਨਾਲ ਮਾਪਣਾ ਹੈ ਇਸ ਤਰ੍ਹਾਂ 0 ਤੋਂ ਸਟਾਰਟ ਕਰਨੀ ਆ 0 ਹੈਗੀ ਹੈ 0 ਤੋਂ ਲੈ ਕੇ ਸਟਾਰਟ ਕਰਕੇ ਇਸ ਤਰ੍ਹਾਂ ਇਹਨੂੰ ਮਾਪਣਾ ਹੈ ਦੇਖਣਾ ਹੈਗਾ ਵੀ ਇਹ ਕਿੰਨੇ ਸੈਂਟੀਮੀਟਰ ਦੀ ਹੈ ਤਾਂ ਆਪਣਾ ਇੱਥੇ 3.5 ਸੈਂਟੀਮੀਟਰ ਦੀ ਲਾਈਨ ਆ ਰਹੀ ਹੈ ਜਿਹੜੀ ਇਹ ਲਾਈਨ ਆ ਰਹੀ ਹੈ 4.5 ਸੈਂਟੀਮੀਟਰ ਦੀ ਆ ਰਹੀ ਹੈ ਇਸ ਤਰ੍ਹਾਂ ਮਣ ਕੇ ਆ 6.1 ਸੈਂਟੀਮੀਟਰ ਦੀ ਲਾਈਨ ਆ ਰਹੀ ਹੈ ਆਹ 4.6 ਸੈਂਟੀਮੀਟਰ ਦੀ ਲਾਈਨ ਆ ਰਹੀ ਹੈ ਇਹਨਾਂ ਨੂੰ ਮਿਣ ਕੇ ਤੁਸੀਂ ਉਸ ਤਰ੍ਹਾਂ ਲਿਖ ਦੇਣਾ ਆਹ 2.7 ਸੈਂਟੀਮੀਟਰ ਹੈ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਜਿਹੜਾ ਉਹ ਹੈ ਫਿਲਿੰਗ ਦਾ ਬਲੈਂਕਸ ਠੀਕ ਹੈ ਬਲੈਂਕਸ ਤੁਸੀਂ ਫਿਲ ਕਰਨੀਆਂ ਕੀ ਹੈ 3.45 ਮੀਟਰ ਤਾਂ ਇਹਦੇ ਵਿੱਚ ਕਿੰਨਾ 3 ਹੈ ਜਿਹੜਾ ਉਹ ਮੀਟਰ ਹੈ ਤੇ ਇਹ ਜਿਹੜਾ ਹੈਗਾ 45 ਆਹੋ ਸੈਂਟੀਮੀਟਰ ਹੈ ਇਥੇ 5.75 ਮੀਟਰ ਹੈ ਜਿਹੜਾ ਮੂਰਲਾ ਹੁੰਦਾ ਇਹ ਮੀਟਰ ਹੈ ਆਹ ਵਾਲਾ ਸੈਂਟੀਮੀਟਰ 75 ਉਹ ਮੇਰੇ ਕਾ 10.85 ਜਿਹੜਾ ਹੈਗਾ ਕਿਲੋਮੀਟਰ ਹੈ ਤਾਂ 10.850 ਕਿਲੋਮੀਟਰ ਐਸੇ ਜਿਹੜਾ ਪੁਆਇੰਟ ਤੋਂ ਬਾਅਦ ਵਾਲੇ ਡਿਜੀਟ ਹੁੰਦੇ ਉਹਨਾਂ ਨੂੰ ਅਸੀਂ ਇਕੱਲੇ ਇਕੱਲੇ ਬੋਲਣਾ ਹੁੰਦਾ ਹੈ ਠੀਕ ਹੈ ਤਾਂ ਇਹਨੂੰ ਆਪਾਂ 85 ਪੁਆਇੰਟ ਤੋਂ ਬਾਅਦ 85 ਵੀ ਇਕੱਲਾ ਹੋ ਸਕਦੀਆਂ ਜ਼ੀਰੋ ਦਾ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ 0 ਪੁਆਇੰਟ ਤੋਂ ਬਾਅਦ ਜਿੰਨੀਆਂ ਮਰਜ਼ੀ ਜ਼ੀਰੋਜ਼ ਲਗਾਈ ਜਾਓ ਨਾ ਲਾਈ ਜਾਓ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ 10.850 10 ਜਿਹੜਾ ਹੈਗਾ ਉਹ ਕੀ ਹੈ ਕਿਲੋਮੀਟਰ ਹੈ ਤੇ 850 ਕੀ ਹੈਗਾ ਮੀਟਰ ਠੀਕ ਹੈ ਅੱਗੇ ਆ ਗਿਆ 4 4 ਮੀਟਰ 25 ਸੈਂਟੀਮੀਟਰ ਤਾਂ ਇਹਨੂੰ ਲਿਖਾਂਗੇ 4.25 ਮੀਟਰ ਮੂਰਲਾ ਮੀਟਰ ਲਿਖ ਦਾਂਗੇ ਠੀਕ ਹੈ ਅੱਗੇ ਆ ਗਿਆ 7.375 ਕਿਲੋਮੀਟਰ ਇਹ ਕੀ ਹੋ ਗਿਆ 7 ਕਿਲੋਮੀਟਰ ਐਂਡ 3 75 ਇਹ ਜਿਹੜਾ ਹੈਗੇ ਮੈਂ ਤੁਹਾਨੂੰ ਵੈਸੇ ਹੀ ਇਸ ਤਰ੍ਹਾਂ ਹੀ ਦੱਸ ਰਹੀ ਹਾਂ ਇਹ ਇਸ ਤਰ੍ਹਾਂ ਜਿਹੜੇ ਆਪਾਂ ਲਿਖ ਰਹੇ ਹਾਂ ਵੀ ਆਹ ਮੂਰੇ ਕਿਲੋਮੀਟਰ ਲਿਖਤਾ ਇਧਰਲੇ ਨੂੰ ਅਸੀਂ ਮੀਟਰ ਲਿਖਤਾ ਇਹ ਜਿਹੜਾ ਹੈਗਾ ਇਹ ਕੱਢਣਾ ਪੈਂਦਾ ਹੁੰਦਾ ਹੈ ਇਹ ਕਿੱਦਾਂ ਨਿਕਲਦਾ ਹੈਗਾ ਵੀ ਆਹ ਜਿਹੜਾ ਆਹ ਚੀਜ਼ ਹੈ ਜਿਹੜੀ ਉਹ ਇਹਦੇ ਬਰਾਬਰ ਹੁੰਦੀ ਹੈ ਇਹ ਕੱਢਣੀ ਪੈਂਦੀ ਹੈ ਉਹ ਕਿੱਦਾਂ ਨਿਕਲਦੀ ਉਹ ਆਪਣੇ ਟੇਬਲ ਤੋਂ ਹੀ ਨਿਕਲਦੀ ਹੈ ਜਿਹੜਾ ਆਪਾਂ ਟੇਬਲ ਬਣਾਇਆ ਹੈ ਤਾਂ ਆਪਾਂ ਹਰ ਸਵਾਲ ਕਰਦੇ ਹਾਂ ਤੁਹਾਨੂੰ ਇੰਨਾ ਸਵਾਲਾਂ ਦੇ ਨਾਲ ਆਹ ਜੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਕਿ ਇਹਨਾਂ ਇਹਨਾਂ ਚੀਜ਼ਾਂ ਤੋਂ ਆਹ ਚੀਜ਼ ਇਸ ਚੀਜ਼ ਤੋਂ ਆਹ ਚੀਜ਼ ਕਿਵੇਂ ਬਣਦੀ ਹੈ ਤਾਂ ਆਪਾਂ ਆ ਸਵਾਲ ਕਰਦੇ ਹਾਂ ਦੇਖੋ ਕੀ ਹੈ ਇਹ ਸਵਾਲ ਜਿਹੜਾ ਕਰਾਂਗੇ ਆਪਾਂ ਇਹ ਟੇਬਲ ਦੇ ਵਿੱਚ ਰਕਮ ਭਰ ਕੇ ਹੀ ਕਰਾਂਗੇ ਫਿਰ ਤੁਹਾਨੂੰ ਸਮਝ ਆਏਗਾ ਸਵਾਲ ਹੈਗਾ ਤੁਹਾਡਾ ਫਰਸਟ ਕੁਐਸਚਨ ਹੈ ਇੰਗਲਿਸ਼ ਮੀਡੀਅਮ ਦੀ ਬੁੱਕ ਤੋਂ ਵੀ ਦਿਖਾ ਦਿੰਨੀ ਆ ਤੁਹਾਨੂੰ ਫਰਸਟ ਕੁਐਸਚਨ ਹੈ ਜਿਹੜਾ 4.5 ਸੈਂਟੀਮੀਟਰ ਹੈ ਠੀਕ ਹੈ 4.5 ਸੈਂਟੀਮੀਟਰ ਹੈ ਇਹਨੂੰ ਤੁਸੀਂ ਮਿਲੀਮੀਟਰ ਤੱਕਰ ਚੇਂਜ ਕਰਨਾ ਹੈ ਠੀਕ ਹੈ 4.5 ਸੈਂਟੀਮੀਟਰ ਹੈ ਆ ਦੇਖੋ ਸੈਂਟੀਮੀਟਰ ਵਾਲੀ ਲਾਈਨ ਹੈ ਜਿਹੜੀ ਉਹ ਆ ਸੀਗੀ ਠੀਕ ਹੈ ਸੈਂਟੀਮੀਟਰ ਤੋਂ ਤੁਸੀਂ ਮਿਲੀਮੀਟਰ ਤੱਕਰ ਜਾਣਾ ਹੈ ਸੈਂਟੀਮੀਟਰ ਤੋਂ ਸਟਾਰਟ ਹੋਣਾ ਰਕਮ ਕੀ ਹੈਗੀ ਇਹ 4.5 ਸੈਂਟੀਮੀਟਰ ਹੈ ਰਕਮ ਤੁਹਾਡੀ ਆ ਹੈ 4.5 ਸੈਂਟੀਮੀਟਰ ਜਾਣਾ ਤੁਸੀਂ ਕਿਥੋਂ ਤੱਕਰ ਹੈ ਮਿਲੀਮੀਟਰ ਤੱਕ ਸੈਂਟੀਮੀਟਰ ਆ ਸੀਗਾ ਸੈਂਟੀਮੀਟਰ ਤੋਂ ਮਿਲੀਮੀਟਰ ਤੱਕਰ ਜਾਣਾ ਆ ਮਿਲੀਮੀਟਰ ਹੈ ਠੀਕ ਹੈ ਤਾਂ ਕੁੱਲ ਮਿਲਾ ਕੇ ਤੁਹਾਡਾ ਕੀ ਬਣ ਗਿਆ 10 ਬਣ ਗਿਆ ਇੱਥੇ ਇਟ ਮੀਨਸ ਕੀ ਹੋਊਗਾ ਤੁਸੀਂ ਇਸ ਰਕਮ ਨੂੰ 10 ਨਾਲ ਮਲਟੀਪਲਾਈ ਕਰੋਗੇ 10 ਦੇ ਨਾਲ ਗੁਣਾ ਕਰੋਗੇ ਤਾਂ ਤੁਹਾਡਾ ਜਿਹੜਾ ਹੈਗਾ ਕੁੱਲ ਮਿਲਾ ਕੇ ਰਕਮ ਜਿਹੜੀ ਬਣ ਜੂ ਮਿਲੀਮੀਟਰ ਦੇ ਵਿੱਚ ਚੇਂਜ ਹੋ ਜੂਗੀ ਤਾਂ ਆਪਾਂ ਕਰਦੇ ਆਂ ਦੇਖੋ 4.5 ਸੈਂਟੀਮੀਟਰ ਨੂੰ ਮਿਲੀਮੀਟਰ ਚ ਬਦਲਣਾ ਆ ਇੱਥੇ 4.5 ਮੈਂ ਲਿਖਤਾ ਮੂਰੇ ਆ ਤੁਹਾਡੀ ਰਕਮ ਹੈ 4.5 ਠੀਕ ਹੈ ਇਹ ਸੈਂਟੀਮੀਟਰ ਹੈ ਸੈਂਟੀਮੀਟਰ ਵਾਲੀ ਲਾਈਨ ਹੈ ਇਹ ਮਿਲੀਮੀਟਰ ਵਾਲੀ ਲਾਈਨ ਹੈ ਤੁਸੀਂ ਸੈਂਟੀਮੀਟਰ ਤੋਂ ਜਿੱਥੋਂ ਸ਼ੁਰੂ ਕਰਨਾ ਹੁੰਦਾ ਸਵਾਲ ਤੁਹਾਨੂੰ ਸਵਾਲ ਕੀ ਦਿੱਤਾ ਹੋਇਆ ਹੈ ਸੈਂਟੀਮੀਟਰ ਜਿੱਥੋਂ ਸ਼ੁਰੂ ਕਰਨਾ ਹੁੰਦਾ ਉਸੇ ਕਾਲਮ ਦੇ ਵਿੱਚੋਂ ਲੱਗ ਜਾਓਗੇ 1 ਲਿਖ ਦੋਗੇ ਉੱਥੇ ਜਾਣਾ ਕਿੱਥੋਂ ਤੱਕ ਰ ਹੈ ਮਿਲੀਮੀਟਰ ਤੱਕ ਤਾਂ ਉੱਥੇ ਤੁਸੀਂ 0 ਪਾ ਦੋਗੇ ਤਾਂ ਤੁਹਾਡਾ ਕੁੱਲ ਮਿਲਾ ਕੇ ਕੀ ਬਣ ਗਿਆ 3 ਬਣ ਗਿਆ ਇਟ ਮੀਨਸ 4.5 ਨੂੰ ਤੁਸੀਂ 10 ਦੇ ਨਾਲ ਮਲਟੀਪਲਾਈ ਕਰੋਗੇ ਤਾਂ ਆਪਾਂ ਮਲਟੀਪਲਾਈ ਕਰਦੇ ਹਾਂ ਫਿਰ ਵੇਖਦੇ ਹਾਂ ਕਿੰਨਾ ਆਨਸਰ ਆਉਂਦਾ ਸਾਡਾ 4.5 ਹੈ ਜਿਹੜਾ ਉਹਨੂੰ ਅਸੀਂ 10 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡਾ ਆਨਸਰ ਕਿੰਨਾ ਆਊਗਾ ਦੇਖੋ ਸਾਡਾ ਆਨਸਰ ਇੰਨਾ ਆ ਗਿਆ ਪੁਆਇੰਟ ਜਿਹੜਾ ਹੈਗਾ ਇੱਕ ਅੱਖਰ ਤੋਂ ਬਾਅਦ ਹੀ ਲਗਾਉਣਾ ਤਾਂ ਸਾਡਾ ਆਨਸਰ ਇੰਨਾ ਆ ਗਿਆ 45 ਆ ਗਿਆ 45 ਤੋਂ ਬਾਅਦ ਅਸੀਂ ਪੁਆਇੰਟ ਲਗਾਈਏ ਜਾਂ ਪੁਆਇੰਟ ਲਾ ਕੇ ਜ਼ੀਰੋ ਲਗਾਈਏ ਉਹਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਕਿਸੇ ਵੀ ਰਕਮ ਤੋਂ ਬਾਅਦ ਅੰਡਰਸਟੂਡ ਹੀ ਹੁੰਦਾ ਜਿਵੇਂ 1 ਹੈ 1 ਤੋਂ ਬਾਅਦ ਵੀ ਪੁਆਇੰਟ 1 ਹੈ ਪੁਆਇੰਟ ਹੈਗਾ 3 ਹੈ ਮੰਨ ਲਓ 3 ਤੋਂ ਬਾਅਦ ਵੀ ਪੁਆਇੰਟ ਹੈ ਉਹ ਜੇਕਰ 45 ਤੋਂ ਬਾਅਦ ਜਿਹੜਾ ਪੁਆਇੰਟ ਅਸੀਂ ਲਗਾਇਆ ਹੈ ਉਹ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਜੇ ਲਗਾਉਣਾ ਲਗਾ ਦਿਓ 45 ਪੁਆਇੰਟ 0 ਲਿਖਣਾ ਜ਼ੀਰੋ ਲਿਖ ਦਿਓ ਨਹੀਂ ਲਿਖਣਾ ਨਾ ਲਿਖੋ ਤੁਸੀਂ ਇਕੱਲਾ 45 ਵੀ ਲਿਖ ਸਕਦੇ ਹੋ ਤਾਂ ਇੰਨੇ ਮਿਲੀਮੀਟਰ ਤੁਹਾਡਾ ਆਨਸਰ ਆ ਗਿਆ ਤੁਹਾਡਾ ਇਹ ਹੀ ਕੁਐਸਚਨ ਜਿਹੜਾ ਤੇ ਅੱਗੇ ਕੀ ਹੈ 270 ਮੀਟਰ ਹੈ 270 ਮੀਟਰ ਹੈ ਤੁਸੀਂ ਜਾਣਾ ਕਿਥੋਂ ਤੱਕ ਰਹਾ ਹੈ ਕਿਲੋਮੀਟਰ ਕਿ ਕਰ ਤਾਂ ਅਸੀਂ ਫਿਰ ਫਿਰ ਟੇਬਲ ਦੇਖਦੇ ਹਾਂ ਆ ਮੀਟਰ ਵਾਲੀ ਲਾਈਨ ਹੈ ਠੀਕ ਹੈ ਅਨਸਰ ਰਕਮ ਕੀ ਹੈਗੀ 270 ਰਕਮ ਤੁਹਾਡੀ ਹੈਗੀ 270 ਤੇ ਤੁਸੀਂ ਮੀਟਰ ਤੋਂ ਰਕਮ ਕੀ ਹੈਗੀ ਮੀਟਰ ਤੋਂ ਕਿਲੋਮੀਟਰ ਤੱਕ ਜਾਣਾ ਆ ਦੇਖੋ ਮੀਟਰ ਤੋਂ ਕਿਲੋਮੀਟਰ ਤੱਕ ਆ ਮੀਟਰ ਹੈ ਆ ਕਿਲੋਮੀਟਰ ਹੈ ਕਿਲੋਮੀਟਰ ਤੱਕ ਜਾਣਾ ਹੈ ਤਾਂ ਤੁਹਾਡਾ ਜਿਹੜਾ ਹੈਗਾ ਪੁੱਠਾ ਬਣ ਗਿਆ 1000 ਠੀਕ ਹੈ ਇੱਥੇ ਜਿਵੇਂ ਸਿੱਧਾ 1000 ਬਣੀ ਜਾਂਦਾ ਸੀ ਇੱਥੇ ਪੁੱਠਾ 1000 ਬਣ ਗਿਆ ਜਦੋਂ ਇਸ ਤਰ੍ਹਾਂ ਪੁੱਠਾ 1000 ਬਣ ਜਾਇਆ ਕਰੇਗਾ ਪੁੱਠੀ ਰਕਮ ਬਣ ਜਾਇਆ ਕਰੇਗੀ 1000 ਬਣ ਗਈ ਜਾਂ 10 ਬਣ ਗਈ ਜਾਂ 100 ਬਣ ਗਈ ਪੁੱਠੀ ਤਾਂ ਉਦੋਂ ਤੁਸੀਂ ਓਨੇ ਦੇ ਨਾਲ ਉਹਨੂੰ ਭਾਗ ਕਰਿਆ ਕਰੋਗੇ ਜਦੋਂ ਸਿੱਧਾ ਬਣਾਇਆ ਕਰੇਗਾ ਉਦੋਂ ਤੁਸੀਂ ਗੁਣਾ ਕਰਿਆ ਕਰੋਗੇ ਠੀਕ ਹੈ ਜਿਵੇਂ ਹੁਣ 45 ਆ 4.5 ਸੀਗਾ ਇਹਨੂੰ ਅਸੀਂ 10 ਦੇ ਨਾਲ ਮਲਟੀਪਲਾਈ ਕੀਤਾ ਸੀ ਇੱਥੇ ਕੀ ਹੈਗਾ 270 ਨਾਲ ਆਪਾਂ ਜਿਹੜਾ 270 ਹੈ ਇਹਨੂੰ 1000 ਦੇ ਨਾਲ ਡਿਵਾਈਡ ਕਰਾਂਗੇ ਭਾਗ ਕਰਾਂਗੇ ਤਾਂ ਕੀ ਕਰਾਂਗੇ ਇੱਥੇ ਐਨੇ ਮੀਟਰ ਹੈ ਜਿਹੜਾ ਜੇ ਤੁਸੀਂ ਇਹਦੇ ਸੈਂਟੀਮੀਟਰ ਬਣਾਉਣਾ ਸੌਰੀ ਇਹਦੇ ਐਨੇ ਮੀਟਰ ਦੇ ਕਿਲੋਮੀਟਰ ਬਣਾਉਣਾ ਚਾਹੁੰਦੇ ਹੋ ਤਾਂ ਕੀ ਬਣਾਉਂਗੇ 270 ਹੈ ਜਿਹੜਾ ਉਹਨੂੰ ਤੁਸੀਂ 1000 ਦੇ ਨਾਲ ਭਾਗ ਕਰੋਗੇ ਡਿਵਾਈਡ ਕਰੋਗੇ ਤੇ ਨਾਲ ਕੀ ਲਿਖ ਦੋਗੇ ਕਿਲੋਮੀਟਰ ਵੀ ਇੰਨੇ ਮੀਟਰ ਇੰਨੇ ਕਿਲੋਮੀਟਰ ਦੇ ਬਰਾਬਰ ਆ ਗਿਆ ਹੁਣ ਇਹਨੂੰ ਇਹਦੇ ਨਾਲ ਤੁਸੀਂ ਭਾਗ ਕਰਕੇ ਲਿਖੋਗੇ ਵੀ ਕਿੰਨਾ ਅਨਸਰ ਆਉਂਦਾ ਤੁਹਾਡਾ ਭਾਗ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਬਸ ਤਾਂ ਤੁਸੀਂ ਭਾਗ ਕਰਨੀ ਸਿੱਖ ਹੀ ਗਏ ਹੋ ਚੌਥੇ ਪੰਜਵੇਂ ਚੈਪਟਰ ਦੇ ਵਿੱਚ ਤਾਂ ਫਿਰ ਵੀ ਤੁਹਾਨੂੰ ਮੈਂ ਸਿਖਾ ਦਿੰਨੀ ਆ ਦੇਖੋ ਨਹੀਂ ਜਾ ਰਿਹਾ ਤਾਂ ਲੱਗਿਆ ਪੁਆਇੰਟ ਇੱਥੇ ਵੀ ਲੱਗਿਆ ਪੁਆਇੰਟ ਉੱਪਰੋਂ ਤੜੀ ਜ਼ੀਰੋ ਤਾਂ ਤੁਹਾਡੇ ਕੋਲ ਹੁਣ ਕਿੰਨੇ ਤੇ ਜਾਊਗਾ ਆਨਸਰ ਕਿੰਨਾ ਆਊਗਾ 2 ਆਊਗਾ ਤਾਂ ਇੱਥੇ ਆਜੂਗਾ 2000 ਠੀਕ ਹੈ ਇੱਥੇ ਸਬਟ੍ਰੈਕਟ ਕਰਾਂਗੇ ਅਸੀਂ ਮਾਈਨਸ ਕਰਾਂਗੇ ਹਨਾ ਆਪਣਾ ਆਨਸਰ ਕਿੰਨਾ ਆ ਗਿਆ ਸੀ ਨੀਚੇ 700 ਉੱਪਰੋਂ 0 ਇੱਕ ਹੋਰ ਲੈ ਆਵਾਂਗੇ ਨੀਚੇ ਤਾਂ ਹੁਣ ਕਿੰਨੇ ਤੇ ਜਾਊਗਾ 7 ਤੇ ਆਨਸਰ ਕਿੰਨਾ ਆ ਗਿਆ ਤੁਹਾਡਾ .27 ਕਿੰਨਾ ਆ ਗਿਆ .27 ਕਿਲੋਮੀਟਰ ਮੂਰੇ ਜਿਰ ਲਾਉਣੀ ਲਾ ਦੇਣੀ ਲਾਉਣੀ ਨਾਲ ਆ ਇਹ ਤੁਹਾਡਾ ਆਨਸਰ ਸੌਰੀ ਅਗਲਾ ਕੁਐਸਚਨ ਕਰਦੇ ਹਾਂ ਅਗਲੇ ਕੁਐਸਚਨ ਦੇ ਵਿੱਚ ਕੀ ਹੈ 5.82 82 ਠੀਕ ਹੈ 5.8 2 ਹੈ ਜਿਹੜਾ ਇਹ ਹੈਗਾ ਕਿਲੋਮੀਟਰ ਇਹਨੂੰ ਤੁਸੀਂ ਮੀਟਰ ਤੱਕਰ ਜਾਣਾ 5.82 ਹੈ ਜਿਹੜਾ ਇਹ ਹੈਗਾ ਕਿਲੋਮੀਟਰ ਜਾਣਾ ਤੁਸੀਂ ਕਿੱਥੋਂ ਤੱਕਰ ਹੈ ਆ ਸੀਗਾ ਮੀਟਰ ਆ ਦੇਖੋ 1 ਕਿਲੋਮੀਟਰ ਹੈਗਾ 5.82 ਕਿਲੋਮੀਟਰ ਹੈ ਆ ਕਿਲੋਮੀਟਰ ਵਾਲੀ ਲਾਈਨ ਹੈ ਤੁਸੀਂ ਕਿਲੋਮੀਟਰ ਤੋਂ ਸ਼ੁਰੂ ਕਰਨਾ ਹੈ ਤੇ ਜਾਣਾ ਕਿੱਥੋਂ ਤੱਕ ਹੈਗਾ ਮੀਟਰ ਤੱਕ ਤਾਂ ਤੁਹਾਡੀਆਂ ਕਿੰਨੀਆਂ ਜ਼ੀਰੋਸ ਬਣ ਗਈਆਂ ਤਿੰਨ ਜ਼ੀਰੋਸ ਬਣ ਗਈਆਂ ਇਟ ਮੀਨਸ 1000 ਬਣ ਗਿਆ 1000 ਬਣ ਗਿਆ ਠੀਕ ਹੈ ਤਾਂ ਤੁਸੀਂ 1000 ਨੂੰ ਤੁਹਾਡਾ ਸਿੱਧਾ ਬਣਿਆ ਨਾ ਇਟ ਮੀਨਸ ਤੁਸੀਂ ਇਹਦੇ ਨਾਲ 1000 ਨਾਲ ਇਹਨੂੰ ਮਲਟੀਪਲਾਈ ਕਰਨਾ ਹੈ ਇਸ ਰਕਮ ਨੂੰ ਤਾਂ ਤੁਹਾਡਾ ਆਨਸਰ ਆ ਜਾਈਗਾ ਤੇ ਲਿਖਣ ਵੇਲੇ ਕਿਵੇਂ ਲਿਖਣਾ ਹੈ ਲਿਖੋਗੇ ਆਈ ਤੁਸੀਂ 5.82 ਕਿਲੋਮੀਟਰ ਕਿਤੇ ਬਰਾਬਰ ਆਊਗਾ 5.82 ਹੁਣ ਆਪਾਂ ਕੀ ਕਿਹਾ ਸੀ ਗੁਣਾ ਕਰਨੀ ਹੈ ਨਾ 1000 ਨਾਲ ਜੰਪ ਕੇ ਆਪਣਾ ਸਿੱਧਾ 1000 ਬਣਿਆ ਸੀ ਇੱਥੇ ਕਿਲੋਮੀਟਰ ਤੋਂ ਸ਼ੁਰੂ ਕੀਤਾ ਸੀ ਅਸੀਂ ਹਾਂ ਆ ਕਿਲੋਮੀਟਰ ਹੈ ਮੀਟਰ ਤੱਕ ਜਾਣਾ ਆ ਦੇਖੋ ਆ ਟੇਬਲ ਦੇ ਵਿੱਚ ਦੇਖੋ ਆ ਕਿਲੋਮੀਟਰ ਹੈ ਕਿਲੋਮੀਟਰ ਤੋਂ ਕਿਲੋਮੀਟਰ ਤੋਂ ਕਿਲੋਮੀਟਰ ਤੋਂ ਸਟਾਰਟ ਕਰਨਾ ਜਿੱਥੋਂ ਸਟਾਰਟ ਕਰਨਾ ਉੱਥੇ ਅਸੀਂ 1 ਲਗਾਇਆ ਤੇ ਆ ਮੀਟਰ ਮੀਟਰ ਤੱਕ ਜਾਣਾ 0 ਬਾਕੀ ਜਿਹੜਾ ਖਾਨੇ ਖਾਲੀ ਬਚ ਗਿਆ ਉੱਥੇ ਵੀ 0 ਲਗਾਤੀ ਤਾਂ ਕੁੱਲ ਮਿਲਾ ਕੇ ਤੁਹਾਡਾ ਕੋਲ ਕੀ ਬਣ ਗਿਆ 1000 ਬਣ ਗਿਆ ਇਟ ਮੀਨਸ ਆਹ ਰਕਮ ਨੂੰ ਤੁਸੀਂ 1000 ਨਾਲ ਗੁਣਾ ਕਰਨੀ ਜਦੋਂ ਸਿੱਧਾ 1000 ਬਣਿਆ ਉਦੋਂ ਗੁਣਾ ਕਰਨੀ ਜਦੋਂ ਪੁੱਠਾ 1000 ਬਣਿਆ ਉਦੋਂ ਭਾਗ ਕਰਨੀ ਹੈ ਠੀਕ ਹੈ ਸਿੰਪਲ ਜੀ ਗੱਲ ਹੈ ਤਾਂ ਇਹਨੂੰ ਇਹਦੇ ਨਾਲ 1000 ਨਾਲ ਗੁਣਾ ਕਰੋਗੇ ਤੇ ਇੱਥੇ ਕੀ ਆ ਜੂਗਾ ਤੁਹਾਡਾ ਮੀਟਰ ਦੇ ਵਿੱਚ ਚੇਂਜ ਕੀਤਾ ਤਾਂ ਆਨਸਰ ਆ ਜੂਗਾ ਮੀਟਰ ਚ ਮੀਟਰ ਨੂੰ ਐਮ ਲਿਖ ਦਾਂਗੇ ਠੀਕ ਹੈ ਮੀਟਰ ਇਸ ਤਰ੍ਹਾਂ ਮੀਟਰ ਲਿਖਣਾ ਹੈ ਇਸ ਤਰ੍ਹਾਂ ਲਿਖ ਦਿਓ ਮੇ ਵੀ ਆ ਰਹੀ ਮੀਟ ਹੈ ਕਿ ਅੱਭੀ ਮੀਡੀਅਮ ਵਾਲ ਮੀਟਰ ਲਿਖ ਦੇਣਗੇ ਇੱਧਰ ਕਿਲੋਮੀਟਰ ਲਿਖ ਦੇਣਗੇ ਉਹ ਇਸ ਤਰ੍ਹਾਂ ਠੀਕ ਹੈ ਤਾਂ ਅਸੀਂ ਹੁਣ ਇਹਨੂੰ ਇਹਦੇ ਨਾਲ ਗੁਣਾ ਕਰਕੇ ਇੱਥੇ ਆਨਸਰ ਲਿਖਣਾ ਸਿਰਫ ਸਿੱਧੀ ਗੱਲ ਹੈ ਗੁਣਾ ਵੈਸੇ ਤਾਂ ਇਹ ਗੁਣਾ ਜਿਹੜੀ ਜ਼ੀਰੋ ਵਾਲੀ ਗੁਣਾ ਹੁੰਦੀ ਹੈ ਉਹ ਸਿੱਧੀ ਹੋ ਜਾਂਦੀ ਹੁੰਦੀ ਹੈ ਜਿਵੇਂ ਆਪਾਂ ਜਦੋਂ ਗੁਣਾ ਕਰਾਂਗੇ ਠੀਕ ਹੈ ਆਹ ਤਿੰਨ ਜ਼ੀਰੋਸ ਹੋਰ ਲੱਗ ਜਾਣਗੀਆਂ ਨਾਲ ਸਿੱਧੀ ਗੁਣਾ ਹੀ ਹੋ ਜਾਂਦੀ ਹੈ ਤੇ ਪੁਆਇੰਟ ਕਿੱਥੇ ਲਾਉਣਾ ਦੋ ਅੱਖਰਾਂ ਬਾਅਦ ਪਿੱਛੋਂ ਦੋ ਅੰਕ ਛੱਡਨੇ ਪਿੱਛੋਂ ਦੋ ਡਿਜੀਟ 1 1 2 ਛੱਡ ਕੇ ਇੱਥੇ ਪੁਆਇੰਟ ਲੱਗ ਜਾਊਗਾ ਤਾਂ ਪੁੱਲਮਾ ਲਾ ਕੇ ਤੁਹਾਡਾ ਕਿੰਨਾ ਆਨਸਰ ਆ ਜੂਗਾ 5 8 2 0 ਮੀਟਰ ਇਹ ਆਨਸਰ ਆ ਜੂਗਾ ਕਿਉਂਕਿ ਪੁਆਇੰਟ ਤੋਂ ਬਾਅਦ ਜਿੰਨੀਆਂ ਮਰਜ਼ੀ ਜ਼ੀਰੋਜ਼ ਲਗਾਈ ਜਾਈ ਉਹਦੇ ਨੂੰ ਕੋਈ ਫਰਕ ਪੈਂਦਾ ਨਹੀਂ ਹੁੰਦਾ ਬਾਅਦ ਲਈਆਂ ਜ਼ੀਰੋਜ਼ ਇਸ ਕੱਟ ਸਕਦੇ ਹਾਂ ਤਾਂ ਸਾਡਾ ਇੰਨਾ ਆਨਸਰ ਆ ਜਾਏਗਾ ਠੀਕ ਹੈ ਨੈਕਸਟ ਕੁਐਸਚਨ ਹੈ ਦੇਖੋ 0.65 ਮੀਟਰ ਇਹਨੂੰ ਤੁਸੀਂ ਸੈਂਟੀਮੀਟਰ ਚ ਚੇਂਜ ਕਰਨਾ ਹੈ ਆਪਾਂ ਸੇਮ ਟੇਬਲ ਤੇ ਫੇਰ ਚੱਲਦੇ ਹਾਂ की है जीरो पॉइंट सिक्स फाइव मीटर मीटर तो शुरू करा हम आपका सवाल देखो अपने को मीटर कॉलम है मीटर तो शुरू कर दे ठीक है जाना कितों तक है सेंटीमीटर तक देखो जीरो पॉइंट सिक्स फाइव मीटर है इन जाना कि तक है सेंटीमीटर तक ਦਾ ਸੈਂਟੀਮੀਟਰ ਵਾਲਾ ਸਾਡਾ ਕਾਲਮ ਕਿਹੜਾ ਹੈਗਾ ਆਹ ਵਾਲਾ ਤਾਂ ਇਥੋਂ ਠਿੱਕਰ ਜਾਣਾ ਹੈ ਸ ਤਾਂ ਤੁਹਾਡੇ ਕੋਲੇ ਕੀ ਬਣ ਗਿਆ ਇਹ 100 ਬਣ ਗਿਆ 100 ਬਣ ਗਿਆ ਇਟ ਮੀਨਸ 0.65 ਹੈ ਉਹਨੂੰ ਅਸੀਂ 100 ਦੇ ਨਾਲ ਮਲਟੀਪਲਾਈ ਕਰਾਂਗੇ ਜਦੋਂ ਸਿੱਧਾ 100 ਬਣ ਗਿਆ ਉਦੋਂ ਮਲਟੀਪਲਾਈ ਕਰਨੀ ਹੈ ਜੇ ਪੁੱਠਾ 100 ਬਣਦਾ ਫਿਰ ਆਪਾਂ ਡਿਵਾਈਡ ਕਰਨਾ ਸੀਗਾ 100 ਨਾਲ ਇਹਨੂੰ ਹੁਣ ਆਪਾਂ 100 ਨਾਲ ਇਹਨੂੰ ਮਲਟੀਪਲਾਈ ਕਰਾਂਗੇ ਕਿ ਇਹਨੂੰ 0.65 ਨਾਲ ਤਾਂ ਲਿਖਣ ਵੇਲੇ ਸਵਾਲ ਕਿਵੇਂ ਲਿਖੋਗੇ ਵੀ ਤੁਹਾਨੂੰ ਜਿਹੜਾ ਦਿੱਤਾ ਹੈਗਾ 0.65 ਮੀਟਰ ਦਿੱਤਾ ਹੋਇਆ ਆ ਠੀਕ ਹੈ ਲਿਖਣ ਵੇਲੇ ਆਪਾਂ ਇਹਨੂੰ ਐ ਲਿਖਾਂਗੇ 0.65 ਨੂੰ ਗੁਣਾ ਕਿੰਨਾ ਕਰਨੀ ਸੀ 100 ਨਾਲ ਤੇ ਇਧਰ ਕੀ ਕਰਨਾ ਹੈ ਸੈਂਟੀਮੀਟਰ ਲਿਖਣਾ ਹੈ ਸਮਝ ਗਏ ਆਪਾਂ ਮੀਟਰ ਨੂੰ ਸੈਂਟੀਮੀਟਰ ਚ ਚੇਂਜ ਕਰਤਾ ਸੈਂਟੀਮੀਟਰ ਚ ਸਾਡਾ ਆਨਸਰ ਆ ਜਾਊਗਾ ਇਹਨੂੰ 100 ਨਾਲ ਗੁਣਾ ਕਰ ਦੇਣੇ ਆ 100 ਨਾਲ ਗੁਣਾ ਕਿਵੇਂ ਕਰਾਂਗੇ ਆਪਾਂ ਦੇਖ ਲਓ ਗੁਣਾ ਕਰਕੇ ਵੀ ਦਿਖਾ ਦਿੰਨੀ ਆ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ भी दो जीरो होर न लग जाए वाली सौ न गुना कर दें चलो आ पॉइंट मैं थोड़े को इतने इतुगा जीरो आजगा ठीक है इतने भी जीरो आ गया इतने कि आ गया फाइव तो आ गया जीरो जीरो फाइव सिक्स ठीक है तो पॉइंट किन्न डिजिट बाद लगेगा वन टू वन टू इत आ गया आंसर कि आ गया सिक्सटी फाइव आ गया सिक्सटी फाइव पॉइंट जीरो आया पॉइंट तो बाद ਕੋਈ ਜ਼ੀਰੋ ਲੱਗੀ ਪੇਜ ਲਾਉਣੀ ਆ ਲਾਓ ਨਹੀਂ ਲਾਉਣੀ ਨਾ ਲਾਓ ਤੇ 65 ਸੈਂਟੀਮੀਟਰ ਆਨਸਰ ਆ ਗਿਆ ਤੁਹਾਡਾ ਜੇ ਤੁਸੀਂ ਐਂ ਲਿਖਣਾ ਹੈ 65.0 ਸੈਂਟੀਮੀਟਰ ਤਾਂ ਵੀ ਠੀਕ ਹੈ ਅਗਲਾ ਕੁਐਸਚਨ ਹੈ ਤੁਹਾਡਾ 18 ਕੀ ਹੈ 18 ਮਿਲੀਮੀਟਰ mm, 18 ਮਿਲੀਮੀਟਰ ਨੂੰ ਤੁਸੀਂ ਮੀਟਰ ਚ ਚੇਂਜ ਕਰਨਾ ਹੈ ਚਲੋ ਫਿਰ ਟੇਬਲ ਤੇ ਚੱਲਦੇ ਹਾਂ ਕੀ ਹੈ 18 ਕਟੀਨ ਲਿਖ ਦਿੰਨੇ ਆਪਾਂ ਇੱਥੇ ਸਟੇਟਮੈਂਟ ਚ ਕਟੀਨ ਮਿਲੀਮੀਟਰ ਆਸਿਕਾ ਮਿਲੀਮੀਟਰ ਮਿਲੀਮੀਟਰ ਤੋਂ ਸਟਾਰਟ ਕਰਨਾ ਹੈ ਠੀਕ ਹੈ ਮਿਲੀਮੀਟਰ ਤੋਂ ਜਾਣਾ ਕਿੱਥੋਂ ਤੱਕਰ ਹੈ ਮੀਟਰ ਤੱਕ ਆਹ ਦੇਖੋ ਆ ਮਿਲੀਮੀਟਰ ਹੈ ਆ ਮਿਲੀਮੀਟਰ ਵਾਲੀ ਲਾਈਨ ਹੈ ਇੱਥੇ 1 ਲੱਗ ਗਿਆ ਠੀਕ ਹੈ ਤਾਂ ਆਹ ਹੈਗੇ ਤੁਹਾਡੀ ਮੀਟਰ ਵਾਲੀ ਲਾਈਨ ਮੀਟਰ ਵਾਲੀ ਲਾਈਨ ਇੱਥੇ ਅਸੀਂ 0 ਲਾ ਲਿਖ ਦਾਂਗੇ ਠੀਕ ਹੈ ਤਾਂ ਖਾਨੇ ਖਾਲੀ ਰਹਿ ਗਏ ਜਿਹੜੇ ਉੱਥੇ ਵੀ ਜ਼ੀਰੋ ਲਿਖਤੀ ਤਾਂ ਪੁੱਠਾ 1000 ਬਣ ਗਿਆ ਇਟ ਮੀਨਸ ਕੀ ਕਰਨਾ ਪਊਗਾ ਜੇ ਤੁਸੀਂ ਮਿਲੀਮੀਟਰ ਤੋਂ ਮੀਟਰ ਤੱਕ ਜਾਣਾ ਚਾਹੁੰਦੇ ਆ ਤਾਂ 1000 ਦੇ ਨਾਲ ਤੁਹਾਨੂੰ ਭਾਗ ਕਰਨੀ ਪਵੇਗੀ ਠੀਕ ਹੈ ਕਰਦੇ ਹਾਂ ਕੀ ਹੈ ਤੁਹਾਨੂੰ ਰਕਮ ਦਿੱਤੀ ਹੋਈ ਹੈ 18 ਮਿਲੀਮੀਟਰ ਕੀ ਦਿੱਤੀ ਹੋਈ ਹੈ ਮਿਲੀਮੀਟਰ ਆ ਰਕਮ ਦਿੱਤੀ ਹੋਈ ਹੈ ਐਮ ਐਮ 18 ਐਮ ਐਮ ਮਤਲਬ 18 ਮਿਲੀਮੀਟਰ ਤਾਂ ਤੁਸੀਂ ਜਾਣਾ ਜਾਨਾ ਮੀਟਰ ਤੱਕ ਹੈ ਤਾਂ ਇਟ ਮੀਨਸ ਕੀ ਲਿਖੋਗੇ 1000 ਦੇ ਨਾਲ ਇਹਨੂੰ ਭਾਗ ਕਰੋਗੇ ਤੇ ਆਨਸਰ ਕੀ ਆ ਜੂ ਮੀਟਰ ਵਿੱਚ ਠੀਕ ਹੈ ਤਾਂ ਕਰਦੇ ਹਾਂ ਭਾਗ ਦੇਖੋ 18 ਨੂੰ ਅਸੀਂ 1000 ਨਾਲ ਡਿਵਾਈਡ ਕਰਦੇ ਹਾਂ ਠੀਕ ਹੈ ਹੁਣ ਦੇਖੋ ਆ ਛੋਟੇ ਆ ਵੱਡੇ ਆ ਨਹੀਂ ਲੱਗਦਾ ਜਾਂਦਾ ਇੱਥੇ ਲੱਗਿਆ ਪੁਆਇੰਟ ਆਨਸਰ 'ਚ ਵੀ ਲੱਗਿਆ ਪੁਆਇੰਟ ਉੱਪਰੋਂ ਤਾਂ ਆਇਆ 0 ਹੁਣ ਕਿੰਨੇ ਤੇ ਜਾ ਰਿਹਾ 0 ਤੇ ਠੀਕ ਹੈ 0 ਤੇ ਗਿਆ ਪਰ ਇੱਕ 0 ਹੋਰ ਉਤਾਰ ਲਈ ਹੁਣ 1 ਤੇ ਗਿਆ ਪਰੋਂ តੜੀ 0 ਹੋਰ ਤਾਂ ਹੁਣ ਕਿੰਨੇ ਤੇ ਗਿਆ 8 ਤੇ 8000 ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ ਪੁਆਇੰਟ 018 ਆਨਸਰ ਆ ਗਿਆ ਪੁਆਇੰਟ 018 ਮੀਟਰ ਠੀਕ ਹੈ ਇੱਥੇ ਮੂਰੇ ਜਿਰਲਾਉਣੀਆਂ ਲਗਾ ਲਓ ਤੇ 0.018 ਮੀਟਰ ਆਨਸਰ ਆ ਜਾਏਗਾ ਤੁਹਾਡਾ ਬੇਟਾ ਆਪਣੀ ਅੱਜ ਦੀ 6.1 ਐਕਸਰਸਾਈਜ਼ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਤਾਂ 6.2 ਐਕਸਰਸਾਈਜ਼ ਆਪਾਂ ਕੱਲ ਨੂੰ ਕਰਾਂਗੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਏਗੀ ਨਹੀਂ ਸਮਝ ਆਈ ਤਾਂ ਜਦੋਂ ਅਸੀਂ ਅਗਲੀ ਐਕਸਰਸਾਈਜ਼ ਕਰਾਂਗੇ ਜੇ ਕੋਈ ਕਮੀ ਰਹੇਗੀ ਤੁਹਾਨੂੰ ਉਦੋਂ ਕਲੀਅਰ ਹੋ ਜਾਏਗੀ ਤਾਂ ਸਾਰੇ ਬੱਚਿਆਂ ਨੇ ਇਹ ਵੀਡੀਓ ਵਾਰ-ਵਾਰ ਦੇਖਣੀ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏ ਤੇ ਇਹ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨੀ ਹੈ ਤੇ ਜਿਹੜੇ ਬੱਚਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚੇ ਆਪਣਾ ਚੈਨਲ ਅੱਜ ਹੀ ਸਬਸਕ੍ਰਾਈਬ ਕਰ ਲਓ ਆਪਣੇ ਆਪਣਾ ਜਿਹੜਾ YouTube ਚੈਨਲ ਹੈ ਉਸ ਦਾ ਨਾਮ ਹੈ ਮਲਟੀ ਲਰਨਿੰਗ ਓਕੇ ਬਾਏ ਥੈਂਕ ਯੂ